पहला जिहड़े इत्थे एमडी साहब रह के गए ने जिम्मेवार ने जो इत्थे महकमे च घाटे आए उहदे लई मार्केट 750 करोड़ दे घाटे च ऐसा कुछ भी नहीं है। ਬਾਹਰਲੀਆਂ ਕੰਪਨੀਆਂ ਨੂੰ ਬਿਜ਼ਨਸ ਦਿੱਤਾ ਇਹਨਾਂ ਨੇ ਕੀਤਾ ਕੀ ਕਿਦਾਂ ਦਾ ਧੋਖਾ ਦਿੱਤਾ ਰਿਪੋਰਟ ਇਹਨਾਂ ਨੇ ਉਹ ਛੱਡਿਆ ਕੀ ਜਿਹੜੇ 'ਚ ਦੱਸੀਏ ਵੀ ਇਹਦੇ 'ਚ ਨਹੀਂ ਧੋਖਾ ਕੀਤਾ ਜੋ ਬਦਲੀਆਂ ਤੋਂ ਲੈ ਕੇ ਅੱਛਾ ਬਦਲੀਆਂ ਤੋਂ ਲੈ ਨਿੱਕੀ ਬਦਲੀ ਤੋਂ ਲੈ ਕੇ ਵੱਡੀ ਬਦਲੀ ਤੱਕ ਏਜੰਸੀਆਂ ਨੂੰ ਹਾਂਜੀ ਟੈਂਡਰਾਂ 'ਚ ਹਰ ਥਾਂ ਹੀ ਸਾਡੀਆਂ ਵੇਖੋ ਨਾ ਕਿ ਸੈਲਰ ਅੱਜ ਕੱਲ੍ਹ ਇੱਕ ਲਾਈਵ ਦਾ ਧੰਦਾ ਵਾ ਸਾਡੇ ਸਾਰੇ ਬੰਦ ਹੋ ਗਏ। मछी आंडे भी मैं जाप दे 200-300 किलोमीटर तो आंदे हैं इन्होंने आंडे आते हैं अमृतसर से मछी आती मैं स्कूल नहीं जाया मशहूर है कोई बंदा आ रहा है तो मैं पेमेंट करके अंडे मंगवा रहा हूँ मेरा कोई पुराना जानकार है तो उसके लिए मैं स्पेशल कोई खर्चा सरकार का कभी नहीं करवाया और सरकार का बंद करके कोई प्राइवेट कैसे कर देगा जी। ਗਨਵਾਲੀਆ ਵਿਸ਼ਾਲ ਗੁਪਤਾ ਦਾ ਕੀ ਰੋਲ ਰਿਹਾ ਸੀ ਉਹ ਦੇਖੋ ਉਹ ਤੇ ਭਾਜੀ ਵੱਡੇ ਉਹ ਤੇ ਭਾਜੀ ਵੱਡੇ ਮਗਰਮਾਸ ਨੇ ਅੱਛਾ ਉਹ ਤੇ ਏਡੇ ਮਗਰਮਾਸ ਨੇ ਉਹ ਮਾਫੀ ਆਵਾ ਹੁਣ ਵੀ ਬੈਠੇ ਨੇ ਡਿਪਾਰਟਮੈਂਟ ਜੀ ਜੀ ਉਹ ਮਾਫੀ ਆਵਾ ਉਹ ਇੱਕ ਕੋਈ ਮੇਰੇ ਲੈਵਲ ਦੀ ਜਾਂ ਕੋਈ ਡਾਇਰੈਕਟਰ ਸਾਹਿਬ ਲੈਵਲ ਦੀ ਗੱਲ ਨਹੀਂ ਗਈ ਨਹੀਂ ਜੀ ਐਸਾ ਕੁਝ ਵੀ ਨਹੀਂ ਹੈ ਔਰ ਇਹ ਜੋ ਹੈ ਨਾ ਅਨੋਨਿਮਸ ਕੰਪਲੇਂਟਸ ਪਹਿਲੇ ਵੀ ਆਤੀ ਰਹੀ ਹੈ ਉਸ ਚੱਕਰ 'ਚ ਕਹਿੰਦੇ ਵੀ ਇਹ ਮੇਰੇ ਤੇ ਬਲੇਮ ਕਰ ਰਹੇ ਆ ਤਾਂ ਹੀ ਕਹਿੰਦੇ ਵੀ ਤੁਸੀਂ ਨਾਲ ਨਹੀਂ ਬੈਠੇ ਇਹਨਾਂ ਦੇ ਮੈਂ ਕੀ ਕਹਿੰਦੇ ਵੀ 100 ਕਰੋੜ ਰੁਪਏ ਦਾ ਕਪੜਾ ਕਰ ਦੇ ਦੇਖੋ ਕਪੜਾ ਨਹੀਂ ਡਿਪਾਰਟਮੈਂਟ ਨਾਲ ਧੋਖਾ ਕੀਤਾ 100 ਕਰੋੜ ਦਾ ਘਾਟੇ 'ਚ ਪਹੁੰਚਾਤਾ ਡਿਪਾਰਟਮੈਂਟ ਮਾਰਕਫੈਡ ਅੱਜਕੱਲ ਬੜੀ ਚਰਚਾ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਇਸ ਅਦਾਰੇ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਸਿਆਸੀ ਖੇਡ ਇੱਥੋਂ ਦੇ ਸਾਬਕਾ ਐਮਡੀ ਰਾਮਵੀਰ ਆਈਏਐਸ ਅਧਿਕਾਰੀ ਮੌਜੂਦਾ ਚੇਅਰਮੈਨ ਅਮਰਦੀਪ ਸਿੰਘ ਮੋਹੀ ਅਤੇ ਮੌਜੂਦਾ ਵਾਈਸ ਚੇਅਰਮੈਨ ਜਸਦੀਪ ਸਿੰਘ ਰੰਧਾਵਾ ਦੇ ਵਿਚਕਾਰ ਚੱਲ ਰਹੀ ਹੈ ਰੰਧਾਵਾ ਵੱਲੋਂ ਮੀਡੀਆ ਨੂੰ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਬੇਸ਼ੱਕ ਚੇਅਰਮੈਨ ਸਾਡੇ ਨਾਲ ਹਾਜ਼ਰ ਨਹੀਂ ਹਨ ਪਰ ਉਹ ਸਹਿਮਤ ਹਨ ਪ੍ਰੈਸ ਕਾਨਫਰੰਸ ਦੌਰਾਨ ਇੱਥੋਂ ਦੇ ਸਾਬਕਾ ਐਮਡੀ ਰਾਮਵੀਰ ਆਈਏਐਸ ਤੇ ਦੋਸ਼ ਲਾਏ ਜਾਂਦੇ ਹਨ ਕਿ ਉਹਨਾਂ ਨੇ ਡਿਪਾਰਟਮੈਂਟ ਨੂੰ ਘਾਟੇ ਵਿੱਚ ਪਹੁੰਚਾ ਦਿੱਤਾ ਆਈਏਐਸ ਅਧਿਕਾਰੀ ਰਾਮਵੀਰ ਕਹਿੰਦੇ ਨੇ ਕਿ ਉਹਨਾਂ ਨੇ ਰੰਧਾਵਾ ਉਹਨਾਂ ਦੀਆਂ ਕਈ ਪੋਲੀਟੀਕਲ ਸਿਫਾਰਿਸ਼ਾਂ ਨੂੰ ਨਹੀਂ ਮੰਨਿਆ ਉਹਨਾਂ ਦੀ ਮਰਜ਼ੀ ਦੇ ਅਫਸਰ ਨਹੀਂ ਲਾਏ ਤਾਂ ਕਰਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਮੋਹੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਪ੍ਰੈਸ ਕਾਨਫਰੰਸ ਦਾ ਵਿਸ਼ਾ ਕੀ ਸੀ ਸੋ ਇਹਨਾਂ ਤਿੰਨਾਂ ਅਧਿਕਾਰੀਆਂ ਦੇ ਵਿੱਚ ਮਹਿਕਮੇ ਨੂੰ ਘਾਟਾ ਪਹੁੰਚਾਉਣ ਦੀ ਗੱਲ ਕਿੰਨੀ ਕੁ ਸਹੀ ਅਤੇ ਸੱਚੀ ਹੈ ਇਹ ਤੁਸੀਂ ਆਪ ਦੇਖ ਅਤੇ ਸੁਣ ਲਵੋ ਸੋ ਜੇਕਰ ਆਪਾਂ ਮਾਰਕਫੈਡ ਦੇ ਡਾਇਰੈਕਟਰਾਂ ਦੀ ਵਾਈਸ ਚੇਅਰਮੈਨ ਦੀ ਚੇਅਰਮੈਨ ਦੀ ਮੰਨੀਏ ਤਾਂ ਪਿਛਲੇ ਜਿਹੜੇ ਇੱਥੇ ਆਈਏਐਸ ਅਧਿਕਾਰੀ ਐਮਡੀ ਸੀਗੇ ਉਹਨਾਂ ਨੇ ਡਿਪਾਰਟਮੈਂਟ ਦੇ ਵਿੱਚ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ ਲੱਖਾਂ ਕਰੋੜਾਂ ਦੇ ਮੁਨਾਫੇ ਵਾਲਾ ਮਹਿਕਮਾ ਇੱਕ ਵੱਡੀ ਵਜ੍ਹਾ ਰਹਿ ਕੇ ਪਿਛਲੇ ਕਈ ਸਾਲਾਂ ਤੋਂ ਘਾਟੇ ਜਾ ਰਿਹਾ ਸੀਗਾ ਮਾਰਕਫੈਡ ਦੇ ਜਿਹੜੇ ਵੀਸੀ ਨੇ ਵਾਈਸ ਚੇਅਰਮੈਨ ਜਸਦੀਪ ਸਿੰਘ ਰੰਧਾਵਾ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਹਾਂ ਸੋ ਰੰਧਾਵਾ ਸਾਹਿਬ ਪਹਿਲਾਂ ਜਿਹੜੇ ਇੱਥੇ ਐਮਡੀ ਸਾਹਿਬ ਰਹਿ ਕੇ ਗਏ ਨੇ ਜ਼ਿੰਮੇਵਾਰ ਨੇ ਜੋ ਇੱਥੇ ਮਹਿਕਮੇ 'ਚ ਘਾਟੇ ਆਏ ਉਹਦੇ ਲਈ ਇੱਦਾਂ ਵਾ ਮਾਰਕਫੈਡ 750-800 ਕਰੋੜ ਦੇ ਘਾਟੇ 'ਚ ਪਿਛਲੀ ਸਰਕਾਰ 'ਚ ਵੀ ਜਿਹੜਾ ਡਿਪਟੀ ਸੀ ਐਮ ਸਨ ਸੁਖਜਿੰਦਰ ਰੰਧਾਵਾ ਉਹਦੇ ਕੋਲ ਮਹਿਕਮਾ ਸੀ ਉਹਦੇ ਕਾਫੀ ਬੁਲੰਦੀਆਂ ਦਿਖਾ ਰਿਹਾ 200-250 ਕਰੋੜ ਦਾ ਰਹਿ ਗਿਆ 700 ਕਰੋੜ ਲਗਭਗ ਉਹਨੇ ਅਪ ਕੀਤਾ ਠੀਕ ਹੈ ਜੀ ਉਦੋਂ ਬਾਅਦ ਸਰਕਾਰ ਚੇਂਜ ਹੋ ਗਈ ਮਾਨ ਸਾਹਿਬ ਦੇ ਤਾਂ ਸਾਨੂੰ ਬੜੀਆਂ ਆਸਾਂ ਨੇ ਅਤੇ ਪਰ ਇਹ ਜਿਹੜਾ ਰਾਮਵੀਰ ਜੀ ਸਾਨੂੰ ਟੱਕਰ ਗਏ ਐਮ ਡੀ ਸਾਹਿਬ ਇਹਨਾਂ ਨੇ ਇਹਨੂੰ ਮੇਰੇ ਹਿਸਾਬ ਨਾਲ
ਕਈ 100 ਕਰੋੜ ਰੁਪਈਆ ਫਿਰ ਥੱਲੇ ਲੈ ਗਏ ਘਾਟੇ ਚ ਲੈ ਗਏ ਘੱਟੋ ਘੱਟ 100 ਕਰੋੜ ਦਾ ਘੱਟੋ ਘੱਟ ਅੱਛਾ ਗੱਡੀਆਂ ਗੁੱਡੀਆਂ ਵੀ ਆਪਣੇ ਘਰ ਚਲਾਈਆਂ ਹੋਈਆਂ ਸੀ ਇਹਨਾਂ ਨੇ ਛੱਡਿਆ ਹੀ ਕੱਖ ਨਹੀਂ ਇਹ ਤਾਂ ਨਿਚੋੜ ਹੀ ਦੇਣ ਲੱਗੇ ਹਾਂ ਇਹ ਤਾਂ ਮਾਨ ਸਾਹਿਬ ਦਾ ਥੈਂਕਸ ਧੰਨਵਾਦ ਕਰਦੇ ਹਾਂ ਵੀ ਸਾਡੀਆਂ ਦੁੱਖ ਤਕਲੀਫਾਂ ਨੂੰ ਵਹਿੰਦੇ ਹੋਏ ਉਹਨਾਂ ਨੇ ਇਹਨਾਂ ਨੂੰ ਚੇਂਜ ਕੀਤਾ ਤਾਂ ਨਵੇਂ ਐਮ ਡੀ ਸਾਹਿਬ ਆਏ ਨੇ ਸਾਨੂੰ ਇਹਨਾਂ ਤੇ ਆਸਾ ਨੇ ਕਿ ਬਾਹਰਲੀਆਂ ਕੰਪਨੀਆਂ ਨੂੰ ਬਿਜ਼ਨਸ ਦਿੱਤਾ ਇਹਨਾਂ ਨੇ ਕੀਤਾ ਕੀ ਕਿੱਦਾਂ ਦਾ ਧੋਖਾ ਦਿੱਤਾ ਇਹਨਾਂ ਨੇ ਉਹ ਛੱਡਿਆ ਕੀ ਜਿਹੜੇ 'ਚ ਦੱਸੀਏ ਵੀ ਇਹਦੇ 'ਚ ਨਹੀਂ ਧੋਖਾ ਕੀਤਾ ਜੋ ਬਦਲੀਆਂ ਤੋਂ ਲੈ ਕੇ ਨਿੱਕੀ ਬਦਲੀ ਤੋਂ ਲੈ ਕੇ ਵੱਡੀ ਬਦਲੀ ਤੱਕ ਏਜੰਸੀਆਂ ਨੂੰ ਹਾਂਜੀ ਟੈਂਡਰਾਂ 'ਚ ਹਰ ਥਾਂ ਹੀ ਸਾਡੀਆਂ ਵੇਖੋ ਨਾ ਕਿ ਸੈਲਰ ਅੱਜ ਕੱਲ੍ਹ ਇੱਕ ਲਾਈਵ ਦਾ ਧੰਦਾ ਵਾ ਸਾਡੇ ਸਾਰੇ ਬੰਦ ਹੋ ਗਏ ਪਲਾਂਟ ਬੰਦ ਰਹੇ ਪਲਾਂਟ ਮਾਰਕਫੈਡ ਦੇ ਪਲਾਂਟ ਬੰਦ ਸੈਲਰ ਬੰਦ ਸੈਲਰ ਤੇ ਸੈਂਕੜੇ ਘਾਟੇ ਚੱਲ ਗਏ ਸਾਰੇ ਸੈਲਰ ਚੌਲ ਇੱਕ ਨੰਬਰ 'ਚ ਵਿਕਦਾ ਹਾਂ ਉਹ ਵੀ ਕੁਆਲਿਟੀ ਉਹਦੀ ਡਾਊਨ ਚਲੇਗੀ ਸਾਰਾ ਕੁਝ ਹੀ ਲੱਤ ਪੱਤ ਹੋ ਗਿਆ ਨਾ ਜੀ ਇਹ ਸਿਰਫ ਕਿਉਂਕਿ ਇਹਨਾਂ ਦੀ ਜਿਹੜੀ ਇਹ ਸਾਰੇ ਸਿਸਟਮ ਦੀ ਜਿਹੜੀ ਪ੍ਰਬੰਧਕ ਹੀ ਇੱਥੇ ਐਮ ਡੀ ਹੈ ਨਾ ਇਹ ਤਾਂ ਸਾਡਾ ਰਾਮ ਗੱਡੀਆਂ ਗੁੱਡੀਆਂ ਜਿਹੜੀਆਂ ਫੀਡ ਨੂੰ ਲਾਈਆਂ ਸੀ ਘਰੇ ਆਪਣੇ ਪਰਿਵਾਰ ਲਈ ਹੋ ਗਈ ਇਹ ਨਿੱਕੀਆਂ ਗੱਲਾਂ ਨੇ ਜੀ ਯਾਰ ਜੋ ਗੱਡੀਆਂ 2-4 ਵਰਤ ਲੈਣਗੇ ਇਹ ਤਾਂ ਨਿੱਕੀਆਂ ਗੱਲਾਂ ਹਾਂਜੀ ਇਹਦੇ 'ਚ ਕਰੋੜਾਂ 'ਚ ਘਾਟਾ ਗਿਆ ਅਤੇ ਪੈਸੇ ਦੀ ਬਰਬਾਦੀ ਤਾਂ ਹੈ ਨਾ ਜਨਤਾ ਦੀ ਹਾਂਜੀ ਪਰ ਉਹ ਹਾਂ ਉਹ ਲੱਗੀਆਂ ਹੀ ਮੈਨੂੰ ਤਾਂ ਇਹ ਵੀ ਪਤਾ ਲੱਗਾ ਵੀ ਇਹਨਾਂ ਦੀ ਮੱਛੀ ਆਂਡੇ ਵੀ ਮੈਨੂੰ ਜਾਪਦੇ ਆ 200-300 ਕਿਲੋਮੀਟਰ ਤੋਂ ਆਉਂਦੇ ਹਨ ਠੀਕ ਹੈ ਹਾਂਜੀ ਹਾਂਜੀ ਮੇਰਾ ਡਿਸਟ੍ਰਿਕਟ ਗੁਰਦਾਸਪੁਰ ਹੈ ਮੈਨੂੰ ਪਤਾ ਲੱਗਾ ਉੱਥੋਂ ਇਹਦੇ ਇਹਨਾਂ ਦੇ ਆਂਡੇ ਆਉਂਦੇ ਹਨ ਅਤੇ ਅੰਮ੍ਰਿਤਸਰ 'ਤੇ ਇਹਦੀ ਮੱਛੀ ਆਉਂਦੀ ਮੈਨੂੰ ਸੁਣਨ 'ਚ ਆਇਆ ਮਸ਼ਹੂਰ ਹੈ ਦੋਨਾਂ ਜਗ੍ਹਾ ਦੀ ਮੱਛੀ ਅਤੇ ਹੁਣ ਕੋਈ ਮਾਰਕ ਪੈਡ ਜਿਵੇਂ ਤੁਹਾਡੇ ਕੋਲ ਵਾਈਸ ਚੇਅਰ ਦੀ ਜ਼ਿੰਮੇਵਾਰੀ ਹੈ ਤੁਹਾਡੀ ਜਿਹੜੀ ਮੈਨੇਜਮੈਂਟ ਹੈ ਕੋਈ ਐਕਸ਼ਨ ਮੰਗਦੀ ਕਰਦੀ ਐਕਸ਼ਨ ਦੀ ਮੰਗ ਹਾਂਜੀ ਹਾਂਜੀ ਅਸੀਂ ਤਾਂ ਐਕਸ਼ਨ ਦੀ ਮੰਗ ਬਿਲਕੁਲ ਕਰਦੇ ਹਾਂ ਅਸੀਂ ਤਾਂ ਮਿਲਣਾ ਚਾਹੁੰਦੇ ਹਾਂ ਹੁਣ ਮੁੱਖ ਮੰਤਰੀ ਸਾਹਿਬ ਨੂੰ ਮਾਨ ਸਾਹਿਬ ਨੂੰ ਅਸੀਂ ਸਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਕਿਉਂਕਿ ਅੱਗੇ ਮੁੱਖ ਮੰਤਰੀ ਸਾਹਿਬ ਨੇ ਇੱਥੇ ਨਿਯੁਕਤੀ ਪੱਤਰ ਦਿੱਤੇ ਹਨ ਸਾਨੂੰ ਬੁਲਾਇਆ ਹੀ ਨਹੀਂ ਗਿਆ ਕਿਸੇ ਵੇਖੋ ਡਾਇਰੈਕਟਰ ਨੂੰ ਵਾਈਸ ਚੇਅਰਮੈਨ ਸਾਨੂੰ ਇਹਨਾਂ ਸੱਦਾ ਹੀ ਦਿੱਤਾ ਮਾਰਕੀਟ ਉਹ ਰਾਮਵੀਰ ਸੀਗੇ ਰਾਮਵੀਰ ਸੀ ਜੀ ਅਸੀਂ ਬਾਅਦ 'ਚ ਆ ਕੇ ਇਤਰਾਜ਼ ਵੀ ਕੀਤਾ ਵੀ ਸਾਨੂੰ ਬੁਲਾਉਂਦੇ ਅਸੀਂ ਮਾਨ ਸਾਹਿਬ ਨੂੰ ਮਿਲਦੇ ਅਸੀਂ ਥੈਂਕਸ ਵੀ ਕਰਦੇ ਉਹਨਾਂ ਦੇ ਤੁਸੀਂ ਸਾਡੇ ਮਹਿਕਮੇ 'ਚ ਨਿਯੁਕਤੀਆਂ ਕੀਤੀਆਂ ਪਰ ਪਤਾ ਨਹੀਂ ਕਿਉਂ ਡਾਇਰੈਕਟਰਾਂ ਕੋਲ ਕੀ ਡਰ ਆ ਸਾਨੂੰ ਤਾਂ ਇਸ ਗੱਲ ਦੀ ਸਮਝ ਹੋਣਾ ਕਿਤੇ ਘਟਾਲੇ ਨਾ ਖੁੱਲ ਜਾਣਾ ਸਮਝ ਨਹੀਂ ਆਈ ਜੀ ਇਸ ਗੱਲ ਦੇ ਕੀ ਡਰ ਆ ਅਸੀਂ ਸਮੇਂ 'ਤੇ ਹੁਣ ਫਿਰ ਮਾਨ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਤੁਹਾਡੇ ਜ਼ਰੀਏ ਤੁਹਾਡੇ ਮਾਧਿਅਮ ਜ਼ਰੀਏ ਵੀ ਸਾਨੂੰ ਮੌਕਾ ਦੇਣ ਸਾਨੂੰ ਮੈਸੇਜ ਦੇਣ ਕਨਵੇ ਕਰਨ ਚੇਅਰਮੈਨ ਸਾਹਿਬ ਸਾਨੀ ਕਰ ਦੇਣ ਗਗਨਵਾਲੀਆ ਵਿਸ਼ਾਲ ਗੁਪਤਾ ਦਾ ਕੀ ਰੋਲ ਰਿਹਾ ਸੀ ਉਹ ਵੇਖੋ ਉਹ ਤੇ ਭਾਜੀ ਵੱਡੇ ਸਰਨ ਸਿੰਘ ਮੈਨੇਜਰ ਉਹ ਤੇ ਭਾਜੀ ਵੱਡੇ ਮਗਰਮਾਸ ਨੇ ਅੱਛਾ ਉਹ ਤੇ ਐਡੇ ਮਗਰਮਾਸ ਨੇ ਉਹ ਮਾਫੀ ਆਵਾ ਅੱਛਾ ਹੁਣ ਵੀ ਬੈਠੇ ਨੇ ਡਿਪਾਰਟਮੈਂਟ ਜੀ ਜੀ ਉਹ ਮਾਫੀ ਆਵਾ ਉਹ ਇੱਕ ਕੋਈ ਮੇਰੇ ਲੈਵਲ ਦੀ ਜਾਂ ਡਾਇਰੈਕਟਰ ਸਾਹਿਬ ਲੈਵਲ ਦੀ ਗੱਲ ਨਹੀਂ ਗੀ ਨਹੀਂ ਨਹੀਂ ਉਹ ਉੱਪਰਲੇ ਲੈਵਲ ਮਗਰਮਾਸ ਵੱਡੇ ਵਾਲੇ ਬਿਲਕੁਲ ਬਿਲਕੁਲ ਅੱਛਾ ਹਾਂਜੀ ਤੁਸੀਂ ਜਾਰੀ ਰੱਖੋਗੇ ਆਪਣੀ ਲੜਾਈ ਅਫਸਰ ਦੇ ਅਸੀਂ ਤਾਂ ਲੜਾਈ ਜਾਰੀ ਰੱਖਣੀ ਤੇ ਤੁਹਾਨੂੰ ਅੱਜ ਬੁਲਾਇਆ ਸਾਰਿਆਂ ਨੂੰ ਅਸੀਂ ਜੇ ਜਾਰੀ ਨਾ ਰੱਖਣੀ ਤਾਂ ਬੁਲਾਉਂਦੇ ਕਿਉਂ ਜੀ ਹਾਲਾਂਕਿ ਮਾਰਕਫੈਡ ਦੇ ਵਾਈਸ ਚੇਅਰਮੈਨ ਜਸਦੀਪ ਸਿੰਘ ਰੰਧਾਵਾ ਵੱਲੋਂ ਇਹ ਦੋਸ਼ ਮਾਰਕਫੈਡ ਦੇ ਸਾਬਕਾ ਐਮ ਡੀ ਆਈ ਏ ਐਸ ਅਧਿਕਾਰੀ ਰਾਮਵੀਰ ਤੇ ਲਾਏ ਜਾ ਰਹੇ ਨੇ ਹੈਲੋ ਹਾਂਜੀ ਗੁੱਡ ਆਫਟਰਨੂਨ ਜੀ ਗੁੱਡ ਆਫਟਰਨੂਨ ਜੀ ਰਾਮਵੀਰ ਜੀ ਬਾਤ ਕਰ ਰਹੇ ਆਈ ਏ ਐਸ ਹਾਂਜੀ ਬੋਲ ਰਹੇ ਜੀ ਰਾਮਵੀਰ ਜੀ ਮੈਂ ਬਲਜੀਤ ਮਰਵਾਹਾ ਬੋਲ ਰਿਹਾ ਹਾਂ ਸਕਰੋਲ ਪੰਜਾਬ ਚੈਨਲ ਚੰਡੀਗੜ੍ਹ ਸੇ ਜਰਨਲਿਸਟ ਹੋਂ ਜੀ ਉਹ ਅੱਜ ਮਾਰਕਫੈਡ ਕੇ ਡਾਇਰੈਕਟਰ ਔਰ ਚੇਅਰਮੈਨ ਵੀ ਸੀ ਨੇ ਇੱਕ ਪ੍ਰੈਸ ਕਾਨਫਰੰਸ ਕੀ ਹੈ ਬੜੇ ਸੈਂਸਿਟਿਵ ਐਲੀਗੇਸ਼ਨ ਆਪ ਪੇ ਲਗਾ ਰਹੇ ਹੈ ਕਿ ਆਪਨੇ ਮਤਲਬ ਕਮ ਸੇ ਕਮ 100 ਕਰੋੜ ਕਾ ਘਾਟਾ ਡਿਪਾਰਟਮੈਂਟ ਕੋ ਪਹੁੰਚਾਇਆ ਹੈ ਆਜ ਸਾਰੇ ਬੈਠੇ ਥੇ ਵੋ ਪ੍ਰੈਸ ਕਾਨਫਰੰਸ ਮੇਂ ਕਿ ਆਪਨੇ 4-4 ਗਾੜੀਆਂ ਆਪਣੇ ਘਰ ਕੇ ਲੀਏ ਲਗਾ ਕੇ ਰੱਖੀ ਹੋਈ ਥੀ ਆਪਕੇ ਲੀਏ ਅੰਡੇ ਤੱਕ ਗੁਰਦਾਸਪੁਰ ਸੇ ਆਤੇ ਥੇ ਜੋ ਆਪ ਖਾਤੇ ਹੈ ਮਛਲੀ ਤੱਕ ਅੰਮ੍ਰਿਤਸਰ ਸੇ ਮੰਗਵਾਤੇ ਥੇ ਆਪ ਸਰਕਾਰੀ ਖਰਚੇ ਵੀ ਸਭ ਕੁਛ ਔਰ ਪ੍ਰਾਈਵੇਟ ਕੰਪਨੀਆਂ ਕੋ ਆਪਨੇ ਬੈਨੀਫਿਟ ਦਿਆ ਸਰਕਾਰੀ ਪ੍ਰੋਡਕਸ਼ਨ ਬੰਦ ਕਰਵਾ ਕੇ ਨਹੀਂ ਜੀ ਐਸਾ ਕੁਛ ਵੀ ਨਹੀਂ ਹੈ ਔਰ ਇਹ ਜੋ ਹੈ ਨਾ ਅਨੋਨਿਮਸ ਕੰਪਲੇਂਟਸ ਪਹਿਲੇ ਵੀ ਆਤੀ ਰਹੀ ਹੈ ਜੀ ਜੀ ਹੈ ਜੀ ਮੈਂ ਤਾਂ ਇਨਫੈਕਟ ਵਨ ਆਫ ਦਾ ਵੈਰੀ ਫਿਊ ਆਫੀਸਰਸ ਹੂ ਪੇਜ਼ ਫੋਰ ਪ੍ਰਾਈਵੇਟ ਯੂਜ਼ ਆਫ ਦਾ ਗਵਰਨਮੈਂਟ ਕਾਰ ਇਹ ਆਪ ਚੈੱਕ ਕਰ ਲਓ ਬਹੁਤ ਹੀ ਮਤਲਬ ਉਂਗਲੀਓ ਪੇ ਲੇਕਿਨ ਪ੍ਰੋਗਰੈਸ ਨਾ ਅਕਸਰ ਵੀ ਨਹੀਂ ਹੋਗੇ ਜੋ ਪ੍ਰਾਈਵੇਟ ਯੂਜ਼ ਗਵਰਨਮੈਂਟ ਕਰ ਸਕਦੇ ਹੈ ਜੀ ਕੋਈ ਬੰਦਾ ਆ ਰਿਹਾ ਤੋ ਮੈਂ ਪੇਮੈਂਟ ਕਰਕੇ ਅੰਡੇ ਮੰਗਵਾ ਰਹਾ ਹੂੰ ਮੇਰਾ ਕੋਈ ਪੁਰਾਣਾ ਜਾਣਕਾਰ ਹੈ ਤੋ ਉਸਕੇ ਲਈ ਮੈਂ ਸਪੈਸ਼ਲ ਕੋਈ ਖਰਚਾ ਸਰਕਾਰ ਕਾ ਕਭੀ ਨਹੀਂ ਕਰਵਾਇਆ ਔਰ ਸਰਕਾਰ ਕਾ ਬੰਦ ਕਰਕੇ ਕੋਈ ਪ੍ਰਾਈਵੇਟ ਕੈਸੇ ਕਰ ਲਏਗਾ ਜੀ ਔਰ ਯੂਨਿਟਸ ਜੋ ਬੰਦ ਰਹੇ ਕਹਤੇ ਆਪਨੇ 25-25 ਦਿਨ ਬੰਦ ਰੱਖੇ ਯੂਨਿਟ ਸਾਰੇ ਪਲਾਂਟ ਜੋ ਘਾਟੇ ਮੇ ਗਏ ਪ੍ਰੋਡਕਸ਼ਨ ਜੋ ਨਹੀਂ ਨਹੀਂ ਜੀ ਸੇਲ ਕਮ ਹੋ ਗਈ ਨਾ ਜ਼ੀਰੋ ਪੀਵੀ ਕਰਵਾਈ ਤੇ ਕਿਉਂਕਿ ਕੁਝ ਵਾਂ ਇਸ਼ੂਜ਼ ਤੇ ਉਹ ਉਸਕੇ ਲਈ ਜ਼ੀਰੋ ਪੀਵੀ ਕਰਵਾਣੀ ਹੁੰਦੀ ਹੈ ਗਗਨ ਵਾਲੀਆ ਵਿਸ਼ਾਲ ਗੁਪਤਾ ਸੰਤ ਸਰਨ ਸਿੰਘ ਤਿੰਨੋਂ ਨੇ ਕਹਤੇ ਵੀ
दे हैव ए मैलिफेसेंट इंटेंशन विद द डिपार्टमेंट, उनको आपने शेल्टर किया टाइम टू टाइम? कुछ नहीं, कोई शेल्टर कर सकता जी, जो चीज रिकॉर्ड पे है और जो नहीं है, एज पर रूल्स काम करना होता है हर एक ने, और एज पर रूल्स ही काम करता है हर एक अफसर। फिर आप पे ब्लेम क्यों लगा रही है, ये सारे इकट्ठे बैठे थे आज 9-10 लोग? देखो जी, इसका तो थ्रू प्रॉपर चैनल जब कोई ऐसा इशू आएगा तो करेंगे। ये देखो पॉलिटिकल इश्यूज होते हैं चीज, कुछ लोग कहते हैं जब हमने सीएम साहब को बताया तभी आपकी ट्रांसफर हुई है, नहीं तो आपकी ट्रांसफर नहीं हो रही थी, आप 1.5 साल यहाँ रहे। वो तो जी डिस्क्रिशन होता है अथॉरिटीज का जी, उनका डिस्क्रिशन होता है कि इसको कहाँ लगाना है नहीं लगाना है जी। इसका इस चीज से शायद मुझे नहीं लगता कुछ इस तरह का होगा जी। एज एंड व्हेन आई रिसीव समथिंग आई विल आंसर दिस, ऐसा कुछ भी नहीं है जी, ठीक है ना। और चीजें हर एक को अपना लीगल राइट्स होता है, उन्होंने कोई बात कही है जी तो उसका थ्रू प्रॉपर चैनल, क्योंकि मुझे पता नहीं है उन्होंने क्या बात कही है। यही तो जो अभी खत्म हुई है कॉन्फ्रेंस ना, तो बाहर निकलती है आपसे बात कर रहा हूँ। हाँ जी, हाँ जी, तो जी जी, यही बेसिक एलिगेशन यही थे कि कम से कम 100 करोड़ का घाटा आपने डिपार्टमेंट को पहुंचा दिया। नहीं नहीं जी, ये तो पॉसिबल ही है नहीं। कई बार जब आप चीजों को साफ करते हो ना तो बहुत सारे वैसे इंटरेस्ट, इससे मैं आपको दावे के साथ कह सकता हूँ, एक भी फाइल, नॉट ओनली हियर, एवरीवेयर आई हैव बीन पोस्टेड, एक भी फाइल आप टच करके बता दो जी, आई विल बी रिस्पॉन्सिबल। अच्छा, पॉसिबल ही नहीं है सिस्टम में, कोई किसी को कैसे वो कर देगा? वो कहते भी पंच साहब चले गए, इन्हें कहते उत्थों भी पता कर लो, उसे भी है इसी परफॉर्मेंस है ना दी। आप मतलब 3 साल पुरानी बात है ये जी, किसी को भी फोन कर लो, कोई इशू ये ना। कई बार चीजें होती हैं जो आप, मैं आपको कोई चीज कह रहा हूँ, मैं आप नहीं कर रहे हैं, तो मुझे कुछ चीजों का गुस्सा होता है कि ये डीएम लगा दो, वो डीएम लगा दो, इतनी सारी सिफारिशें होती हैं, तो वही नहीं करेंगे हम, जो डीएम लग सकता है वही लगेगा ना। अच्छा, मतलब क्या कहिए अभी, आपने पॉलिटिकल प्रेशर नहीं झेला इनका, इसलिए आपको ब्लेम कर रहे हैं? नहीं झेला जी, ये तो आप इतने सियाने पत्रकार हैं जी, आपका इतना रेप्यूटेड ऑर्गेनाइजेशन है जी, तो ये चीजें कुछ और होती है, ऑफिसर्स की मर्यादा होती है ना, उस मर्यादा के बाहर जाके तो ऑफिसर नहीं काम करते ना। ठीक है, जब हम मीडिया के माध्यम से नहीं ना कह पाते, ये जब माध्यम जी जी ठीक है। पर कितना किते इस मसले ते वाइस चेयरमैन ते चेयरमैन मार्कफेड अमनदीप सिंह मोही दी भी आपस विच बनदी नहीं लगदी है। प्रेस कॉन्फ्रेंस तो पहला बोर्ड ऑफ डायरेक्टर दी मीटिंग मार्कफेड दे दफ्तर विच हुंदी है, जिस विच चेयरमैन मोही हाजिर हुंदे ने। मीटिंग खत्म होने तो बाद वह बाहर निकल जाते हैं, तो उस तो बाद प्रेस कॉन्फ्रेंस होंदी है, जिस विच रंधावा ते बाकी हाजिर डायरेक्टर साहिबान वालों यह कहा जाता है कि प्रेस कॉन्फ्रेंस के विषय ते अमनदीप मोही भी सहमत ने, पर जदों पत्रकारां वालों उन्हां नूं फोन करके पूछा गया तो उन्होंने कहा कि उन्हां नूं इस बारे बिल्कुल पता नहीं सी कि प्रेस कॉन्फ्रेंस रखी गई है ते उसका विषय की है। सो उन्हां दी इस प्रेस कॉन्फ्रेंस नाल कोई सहमति नहीं है। मोही ने की कहा यह तुसी आप ही सुन लो। हेलो, हाँ जी मोही जी। हाँ जी, मरवाहा पत्रकार गल कर रहे हैं चंडीगढ़ तो। हाँ जी, हाँ जी मरवाहा साहब जी। भाजी वो पीसी जी भी तुसी निकल के, मैं कहा मीटिंग खत्म होंदे ही नहीं, पीसी है ही नहीं सी मेरे वल्लों जी। दोष ला रहे जेडे की ला रहे दोष भी 100 करोड़ का घाटा 100 करोड़ का डिपार्टमेंट नू पहुंचाते मार्क फैड दी गड्डी अपने घरे वरतदे रहे। ओके, अगे रामवीर जी कहते बई तुम उन्होंने तो ना लिया, मैं भी उन्होंने गल करो भी इन्होंने कोई आपसी रौला है चेयरमैनी का कोई सेंटर का। हाँ जी, उस चक्कर च कहते भी ये मेरे से ब्लेम कर रहे हैं, ता ही कहते भी तुम नाल नहीं बैठे इन्होंने। ओके, की कहना चाहते हो तुम? कबला नहीं डिपार्टमेंट नाल धोखा किया, 100 करोड़ का घाटे च पहुंचाता डिपार्टमेंट।
कारण कहते भी होर साडे प्रोडक्ट नूं क्वालिटी दी कटाई उन्होंने हल्की की प्लांट बंद रखे ते बाहरलियां प्राइवेट कंपनियां नूं फायदा पहुंचाई गया इदां दी करप्शन की थी। चलो जसदीप सिंह रंधावा नाल साडी गलबात चल रही सी। वीसी ने मार्कफेड ते कहिंदे वी जिहड़ा अफसर आया अमानत च खयानत जिहड़ा कीती डिपार्टमेंट नाल जित्थों कमा के खाणा सी जिहनूं तरक्कियां ते ले जाणा सी, जे इह कहिंदे रफली अंदाज़ा लाईए तां वी 100 करोड़ दे घाटे च डिपार्टमेंट आ गया सिर्फ एक उस अफसर करके। हुण जरूर अफसर उह इत्थे नहीं है, मुख्यमंत्री साहब वल्लों उहनां नूं इत्थों बदल दित्ता गया। हुण डिपार्टमेंट किवें तरक्की वल जांदा इहदे लई उह सारे हुण जोर लाउणगे। विजय मोहन दे नाल बलजीत मरवाहा, चंडीगढ़।